ਸਰਦਾਰ ਤੁਸੀਂ ਇਕੱਠੇ ਹੋ ਜਾਓ ਸਾਰੇ ਆਓ ਜੱਟ ਦੀ ਜਵਾਨ ਜਮਾ ਕੱਲਾ ਮਿਲੂ ਚੇਲੇ ਸਰਦਾਰ ਤੁਸੀਂ ਇਕੱਠੇ ਹੋ ਜਾਓ ਸਾਰੇ ਆਓ ਜੱਟ ਦੀ ਜਵਾਨ ਜਮਾ ਕੱਲਾ ਮਿਲੂ। ਸਤਿ ਸ਼੍ਰੀ ਅਕਾਲ ਦੋਸਤੋ, ਟਸ਼ਨ ਪੰਜਾਬੀ ਲਾਈਵ ਚੈਨਲ 'ਤੇ ਤੁਹਾਡਾ ਸਵਾਗਤ ਹੈ। ਦੋਸਤੋ, ਜਦੋਂ ਦਾ ਸਿੱਧੂ ਮੂਸੇਵਾਲਾ ਨੇ ਇੱਕ ਲਾਈਵ ਦੌਰਾਨ ਕਿਹਾ ਹੈ ਕਿ ਚੇਲੇ ਉਸਤਾਦ ਤੁਸੀਂ ਇਕੱਠੇ ਹੋ ਜਾਵੋ, ਜੱਟ ਦੀ ਜ਼ਬਾਨ ਸਦਾ ਇਕੱਲਾ ਮਿਲੂਗਾ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਜਿਹੜੇ ਫੰਕਸ਼ਨ ਬਾਰੇ ਸਿੱਧੂ ਮੂਸੇਵਾਲਾ ਨੇ ਇਹ ਗੱਲ ਕਹੀ, ਉੱਥੇ ਬੱਬੂ ਮਾਨ ਵੀ ਆਇਆ ਹੋਇਆ ਸੀ। ਦੋਸਤੋ, ਹੁਣ ਬੱਬੂ ਮਾਨ ਦੇ ਕੱਟੜ ਫੈਨ ਸਿੱਧੂ ਮੂਸੇਵਾਲਾ ਨੂੰ ਇਸ ਲਈ ਰਿਪਲਾਈ ਕਰ ਰਹੇ ਹਨ ਕਿ ਚੇਲੇ ਉਸਤਾਦ ਵਾਲੀ ਗੱਲ ਸਿੱਧੂ ਮੂਸੇਵਾਲਾ ਨੇ ਬੱਬੂ ਮਾਨ ਨੂੰ ਕਹੀ ਹੈ। ਦੋਸਤੋ, ਬੱਬੂ ਮਾਨ ਦੇ ਫੈਨਸ ਦੇ ਰਿਪਲਾਈ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਕੱਟੜ ਫੈਨ ਵੀ ਚੁੱਪ ਨਹੀਂ ਰਹੇ ਅਤੇ ਉਹਨਾਂ ਨੇ ਵੀ ਬੱਬੂ ਮਾਨ ਨੂੰ ਰਿਪਲਾਈ ਕਰਨੇ ਸ਼ੁਰੂ ਕਰ ਦਿੱਤੇ ਹਨ। ਦੋਸਤੋ, ਤੁਸੀਂ ਵੀ ਦੇਖੋ ਰਿਪਲਾਈ ਦੀ ਇਹ ਵੀਡੀਓ। ਹਾਂਜੀ, ਆਹ ਗੱਲ ਬੱਬੂ ਮਾਨ ਦੇ ਫੈਨਸ ਲਈ ਆ। ਬਾਈ ਦੇਖੋ, ਉਸਤਾਦ ਹੋਊਗਾ ਤੁਹਾਡਾ, ਹੋਊਗਾ ਤੁਸੀਂ ਉਹਦੇ ਗਾਣੇ ਸੁਣਦੇ ਹੋ, ਤੁਸੀਂ ਉਹਨੂੰ ਪਸੰਦ ਕਰਦੇ ਹੋ, ਠੀਕ ਆ। ਨਾ ਸਿੱਧੂ ਮੂਸੇਵਾਲਾ ਉਹਦੇ ਤੋਂ ਸਿੱਖਣ ਗਿਆ, ਨਾ ਉਹਨੇ ਉਹਦੇ ਤੋਂ ਗਾਣੇ ਲਿੱਤੇ, ਪਹਿਲੀ ਗੱਲ, ਠੀਕ ਆ। ਹੁਣ ਆਏ ਤਾਂ ਬੱਬੂ ਮਾਨ ਤੋਂ ਪਹਿਲਾਂ ਵੀ ਯਾਰ ਸਿੰਗਰ ਸੀਗੇ, ਕੁਲਦੀਪ ਮਾਣਕ ਸਾਹਿਬ ਸੀ, ਚਮਕੀਲਾ ਸੀ, ਮੁਹੰਮਦ ਸਦੀਕ ਸੀ, ਰਮਤਾ ਸੀ, ਹੰਸ ਰਾਜ ਹੰਸ, ਕਿੰਨੇ ਸਿੰਗਰ ਨੇ, ਮਤਲਬ ਉਹ ਸਾਰੇ ਬੱਬੂ ਮਾਨ ਦੇ ਉਸਤਾਦ ਨੇ। ਫਿਰ ਬੱਬੂ ਮਾਨ ਮੰਨਦਾ ਉਸਤਾਦ ਨੇ, ਉਹਦੇ ਨਾਲ ਸਿੱਖਣ ਜਾਂਦਾ ਸੀਗਾ। ਹੁਣ ਜਿਹਦੇ ਤੋਂ ਜਿਸ ਬੰਦੇ ਨੇ ਗੁਣ ਸਿੱਖਿਆ ਹੋਵੇ, ਜਿਵੇਂ ਜੈਜ਼ੀ ਬੀ ਨੇ ਮਾਣਕ ਸਾਹਿਬ ਤੋਂ ਸਿੱਖਿਆ ਸੀ, ਮਾਣਕ ਸਾਹਿਬ ਨੂੰ ਉਹ ਉਸਤਾਦ ਮੰਨਦਾ, ਇਹ ਹੁੰਦੀ ਹੈ ਉਸਤਾਦਗੀ। ਇੱਦਾਂ ਨਹੀਂ ਹੁੰਦਾ, ਉਹ ਬੰਦਾ ਆਪਣਾ ਕੰਮ ਕਰਦਾ, ਬੱਬੂ ਮਾਨ ਆਪਣਾ ਕੰਮ ਕਰਦਾ, ਠੀਕ ਆ, ਦੋਨਾਂ ਡਿਫਰੈਂਸ। ਹੁਣ 21ਵੀਂ ਸਦੀ ਆ, ਹੁਣ ਸਿੱਧੂ ਮੂਸੇਵਾਲ ਚੱਲਦਾ, ਹੁਣ ਅੱਗੇ ਤੱਕ ਚੱਲਦਾ ਰਹੂਗਾ। ਹੁਣ 21ਵੀਂ ਸਦੀ ਆ, ਹੁਣ ਸਿੱਧੂ ਮੂਸੇਵਾਲ ਚੱਲਦਾ, ਹੁਣ ਅੱਗੇ ਤੱਕ ਚੱਲਦਾ ਰਹੂਗਾ। ਬੱਬੂ ਮਾਨ ਚੱਲ ਰਿਹਾ ਵਾ, ਹੁਣ ਅੱਗੇ ਕਿੰਨਾ ਕੁ ਚੱਲੂਗਾ ਇਹ ਦੇਖੋ, ਕਿਉਂਕਿ ਤੁਸੀਂ, ਤੁਹਾਡੀ ਪੀੜ੍ਹੀ ਖਤਮ ਹੁੰਦੀ ਰਹਿਣੀ ਆ, ਅੱਗੇ ਜਿਹੜੀ ਪੀੜ੍ਹੀਆਂ ਨੇ ਉਹ